ਸਤਿ ਸ਼੍ਰੀ ਅਕਾਲ ਤੁਸੀਂ ਆਰ ਐਮ ਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਗਰੇਵਾਲ ਟਿੱਕਰੀ ਬਾਰਡਰ 'ਤੇ ਮੌਜੂਦ ਹਾਂ ਨਜ਼ਮਗੜ੍ਹ ਰੋਡ 'ਤੇ ਇੱਥੋਂ ਜਿਹੜੀ ਆ ਕਿਸਾਨ ਯੂਨੀਅਨ ਗਰਾਹਾਂ ਦੀ ਜਿਹੜੀ ਆ ਪਰੇਡ ਸ਼ੁਰੂਆਤ ਹੋਣ ਵਾਲੀ ਆ ਮੇਰੇ ਨਾਲ ਸ਼ਿੰਗਾਰਾ ਸਿੰਘ ਜੀ ਹੋਣਗੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸ਼ਿੰਗਾਰਾ ਸਿੰਘ ਜੀ ਕਿਵੇਂ ਦੀ ਰਹਿਣ ਵਾਲੀ ਆ ਦੇਖੋ ਜੀ ਜਿਹੜੀ ਅੱਜ ਦੀ ਸਾਡੀ ਪਰੇਡ ਹੈ ਕਿਸਾਨ ਪਰੇਡ ਹੈ ਇਹ ਪਰੇਡ ਦੀਆਂ ਫੁੱਲ ਤਿਆਰੀਆਂ ਹੋ ਚੁੱਕੀਆਂ ਸਾਡੀਆਂ ਬਿਲਕੁਲ ਮੁਕੰਮਲ ਹੈ ਅਸੀਂ ਲਗਭਗ 9 ਵਜੇ ਇੱਥੋਂ ਚਾਲੇ ਪਾਉਣੇ ਆ ਜੋ ਸਾਡਾ ਰੂਟ ਬਣਿਆ ਹੋਇਆ ਪਿੱਛੇ ਇੱਥੋਂ ਨਾਜਬਗੜ੍ਹ ਰੋਡ ਹੈ ਜਿਹੜਾ ਅਤੇ ਗਾਹਾਂ ਖੜੋਦਾ ਜਾਣਾ ਖੜੋਦੇ ਵਿੱਚ ਦੀ ਹੁੰਦੇ ਹੋਏ ਅਸੀਂ ਗਾਹਾਂ ਵਾਪਸ ਉੱਥੇ ਫਿਰ ਵਾਪਸ ਜਿੱਥੇ ਸਾਡਾ ਸਾਂਪਲਾ ਰੋਡ ਵੱਲ ਜਾ ਕੇ ਰੋਹਤਕ ਰੋਡ ਉੱਧਰ ਸਮਾਪਤ ਕਰਨੀ ਹੈ ਅਤੇ ਸਾਰੀਆਂ ਮੁਕੰਮਲ ਤਿਆਰੀਆਂ ਸਾਡਾ ਇਹ ਜਿਹੜਾ ਜਾਬਤੇ 'ਚ ਪੂਰਾ ਰਹੂਗਾ ਅਮਨ ਸ਼ਾਂਤੀ ਨਾਲ ਰਹੂਗਾ ਇਸ ਕਿਸਾਨ ਪਰੇਡ ਰਾਹੀਂ ਅਸੀਂ ਸਹੀ ਦਿਖਾਵਾਂਗੇ ਤਸਵੀਰ ਅਸੀਂ ਵੀ ਅਸਲ ਵਿੱਚ ਲੋਕਾਂ ਦੀ ਤਸਵੀਰ ਕੀ ਅੱਜ ਉਹ ਲੋਕਾਂ ਦੀ ਤਸਵੀਰ ਕੀ ਹੈ ਇਸ ਪਰੇਡ ਨੇ ਸਾਬਤ ਕਰ ਦੇਣਾ ਵੀ ਅਸਲੀ ਭਾਰਤ ਆ ਉਹਦੀਆਂ ਝਾਕੀਆਂ ਦੇਖਾਂਗੇ ਜਗਰ ਸਿੰਘ ਜੀ ਸਮਾਂ ਕਿੰਨਾ ਰਹਿਣ ਵਾਲਾ ਆ ਵਿੱਚ ਕਿਹਾ ਜਾ ਰਿਹਾ 72 ਘੰਟੇ ਲੱਗ ਜਾਣੇ ਜਦੋਂ ਵਾਪਸ ਇੱਥੇ ਆਪਾਂ ਆਉਣਾ ਆ 48 ਘੰਟੇ ਲੱਗ ਜਾਣੇ ਕੋਈ ਅੰਦਾਜ਼ਾ ਲੱਗੇ ਸਕਿਆ ਹਲੇ ਤੱਕ ਕਿੰਨੇ ਸਮੇਂ ਵਿੱਚ ਕਿਸਾਨ ਭਰਾ ਜਿਹੜੇ ਆ ਵਾਪਸ ਆਪਣੇ ਇਸ ਘਰਾਂ ਤੱਕ ਆ ਜਾਣਗੇ ਜਿਹੜਾ ਉਹਨਾਂ ਨੇ ਦਿੱਲੀ ਦੇ ਵਿੱਚ ਵਸਾਇਆ ਦੋਖ ਦੇਖੋ ਇਹ ਘੰਟਿਆਂ ਦਾ ਤਾਂ ਕੋਈ ਸਿਰਾ ਹੀ ਨਹੀਂ ਅਣਗਿਣਤ ਸਾਡੇ ਅਣਗਿਣਤ ਟਰੈਕਟਰ ਆਏ ਹੋਏ ਆ ਇਹ ਤਾਂ ਹੁਣ 72 ਦਾ ਕਿਹੜਾ 72 ਘੰਟੇ ਕਿਹੜਾ ਆਏ ਵੀ ਬੰਨੇ ਹੋਏ ਆ ਤੂੰ ਇਹ ਜਿੰਨਾ ਇਹ ਕਾਫਲਾ ਲਗਾਤਾਰ ਚੱਕਰ ਬਣਨਾ ਇੱਕ ਇੱਧਰੋਂ ਆਈ ਜਾਣਗੇ ਉਧਰ ਨਿਕਲੀ ਜਾਣਗੇ ਵੱਡਾ ਵੱਡੀ ਗਿਣਤੀ ਆ ਜਿਹੜਾ ਖਾਣ ਪੀਣ ਦਾ ਪ੍ਰਬੰਧ ਆ ਜਿਹੜੇ ਕਿਸਾਨ ਭਰਾ ਨਾਲ ਜਾ ਰਹੇ ਨੇ ਕਿੰਨਾ ਕੀ ਪ੍ਰਬੰਧ ਆ ਖਾਣ ਦਾ ਵਿੱਚ ਹੈ ਸਭ ਦਾ ਆਪਦਾ ਵਿੱਚ ਹੈ ਸਾਨੂੰ 3 ਦਿਨ ਲੱਗ ਜਾਣ 2 ਦਿਨ ਲੱਗਣਾ ਸਭ ਦੇ ਆਪਦੇ ਪ੍ਰਬੰਧ ਹੈ ਜਿਹੜੀ ਐਮਰਜੈਂਸੀ ਸਹੂਲਤ ਆ ਐਂਬੂਲੈਂਸ ਵਗੈਰਾ ਦੀ ਉਹ ਨਾਲ ਹੈ ਬਿਲਕੁਲ ਬਹੁਤ ਵੱਡੀ ਗਿਣਤੀ 'ਚ ਐਮਰਜੈਂਸੀ ਹੈ ਜਿਹੜੀਆਂ ਸਾਡੀਆਂ ਐਂਬੂਲੈਂਸਾਂ ਨਾਲ ਹੈ ਡਾਕਟਰ ਸਾਡੇ ਨਾਲ ਹੈ ਬਹੁਤ ਵੱਡੇ ਪ੍ਰਬੰਧ ਕੀਤੇ ਹੋਏ ਸਾਡੀ ਆਪਦੀ ਜਨਤਾ ਦੇ ਹਜੇ ਤੱਕ ਇਹ ਅੰਦਾਜ਼ਾ ਲੱਗਿਆ ਕਿ ਕਿੰਨੇ ਟਰੈਕਟਰ ਇਸ ਮਾਰਚ ਤੋਂ ਇਸ ਤੋਂ ਸਟਾਰਟ ਹੋਣਗੇ ਇਹ ਤਾਂ ਅਸੀਂ ਵੀ ਨਹੀਂ ਲਾ ਸਕੇ ਅੰਦਾਜ਼ਾ ਇਹ ਤਾਂ ਕੋਈ ਹਿਸਾਬ ਨਹੀਂ ਲੱਗਦਾ ਜਿਹੜੀ ਅਸੀਂ ਕੱਲ੍ਹ ਲਿਸਟ ਬਣਾਈ ਸੀ ਉਹਦੇ ਨਾਲ ਡਿਊਟੀ ਉਹ 2 ਘੰਟਿਆਂ ਬਾਅਦ ਹੋ ਗਈ ਹੁਣ ਇਹ ਪਤਾ ਲੱਗਦਾ ਵੀ ਹੁਣ ਗਿਣਤੀ ਨਹੀਂ ਹੁੰਦੀ ਕਹਿੰਦੇ ਇੱਕ ਟਿੱਕਰੀ ਬਾਰਡਰ ਤੋਂ ਆਪਾਂ ਨਜ਼ਮਗੜ੍ਹ ਰੋਡ ਤੋਂ ਚੱਲ ਰਹੇ ਇੱਕ ਮੇਨ ਤੋਂ ਚੱਲ ਰਹੇ ਕਾਫਲੇ ਇਹਨਾਂ ਨੇ ਇਕੱਠਾ ਕਿੱਥੇ ਹੋਣਾ ਹੈ ਕਿਹੜੇ ਰੋਡ ਤੇ ਇਕੱਠਾ ਉੱਥੇ ਖੜੋਦੇ ਇਕੱਠਾ ਹੋਣਾ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਮੇਰੇ ਨਾਲ ਸ਼ਿੰਗਾਰਾ ਸਿੰਘ ਜੀ ਸੀ ਇਹਨਾਂ ਨੇ ਪਰੇਡ ਦੇ ਵਿੱਚ ਕੀ ਰਹਿਣ ਵਾਲਾ ਕੀ ਦਿਸ਼ਾ ਨਿਰਦੇਸ਼ ਨੇ ਉਹਨਾਂ ਬਾਰੇ ਗੱਲਬਾਤ ਕੀਤੀ ਹੈ ਕਿੰਨਾ ਕਾਫਲਾ ਇਹਨਾਂ ਨੇ ਵੀ ਨਹੀਂ ਸ਼ਾਇਦ ਕਹਿੰਦੇ ਸਾਡਾ ਵੀ ਕੋਈ ਅੰਦਾਜ਼ਾ ਨਹੀਂ ਆ ਗਰਾਊਂਡ ਜ਼ੀਰੋ ਤੋਂ ਰਿਪੋਰਟ ਦੇ ਨਾਲ ਅਸੀਂ ਅੱਗੇ ਵੀ ਬਣੇ ਰਹਾਂਗੇ ਤੁਸੀਂ ਦੇਖਦੇ ਰਹੋ ਆਰ ਐਮ ਬੀ ਟੈਲੀਵਿਜ਼ਨ ਆਪਣੇ ਦੋਸਤ ਜਸ ਕਰੇ ਮਿਲਦੇ ਹੋ ਜੀ ਅੱਜ ਤੱਕ ਧੰਨਵਾਦ ਜੀ